ਕੀ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਸੁਨਾਮ ਦੀ ਇੰਦਰਾ ਬਸਤੀ ਦੇ ਵਿੱਚ ਇੱਕ ਪਰਿਵਾਰ ਤੇ ਮੀਂਹ ਕਹਿਰ ਬਣ ਕੇ ਬਰਸਿਆ ਹੈ। ਵਾਰਡ ਨੰਬਰ 20 ਦੇ ਵਿੱਚ ਮੀਂਹ ਕਾਰਨ ਕਮਜ਼ੋਰ ਹੋਈ ਇੱਕ ਘਰ ਦੀ ਛੱਤ ਅਚਾਨਕ ਡਿੱਗ ਗਈ। ਚੁਬਾਰੇ ਤੇ ਪਤੀ ਪਤਨੀ ਸੌਂ ਰਹੇ ਸਨ, ਜੋ ਕਿ ਛੱਤ ਦੇ ਨਾਲ ਹੀ ਹੇਠਾਂ ਡਿੱਗੇ ਤੇ ਮਲਬੇ ਵਿੱਚ ਦੱਬੇ ਗਏ। ਘਰ ਵਿੱਚ ਮੌਜੂਦ ਹੋਰਨਾਂ ਲੋਕਾਂ ਤੇ ਇਲਾਕਾ ਵਾਸੀਆਂ ਨੇ ਤੁਰੰਤ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਹੈ। ਰਾਤ ਨੂੰ ਜੀ ਇਹ 10:30 ਦੇ ਕਰੀਬ 11 ਦੇ ਕਰੀਬ ਮਤਲਬ ਕਿ ਹਾਦਸਾ ਹੋਇਆ ਗਾ। ਜਦੋਂ ਬਿਜਲੀ ਚਮਕੀ ਹੈਗਾ, ਮਤਲਬ ਕਿ ਇੱਕਦਮ ਮੀਂਹ ਆਇਆ, ਹਨੇਰੀ ਆਈ ਹੈਗੀ, ਲਾਈਟ ਚਲੀ ਗਈ। ਉਹ ਇੱਕਦਮ ਅਸੀਂ ਨੀਚੇ ਸੀਗੇ, ਮੇਰੀ ਜਠਾਣੀ ਲੱਗਦੀ ਸੀ ਜਿਵੇਂ, ਮਤਲਬ ਉਹ ਇੱਕਦਮ ਖੜਕਾ ਹੋਇਆ। ਸਾਨੂੰ ਉਦੋਂ ਪਤਾ ਲੱਗਿਆ ਵੀ ਛੱਤ ਡਿੱਗ ਗਈ। ਇੱਕਦਮ ਸਾਰੇ ਇਕੱਠੇ ਹੋ ਗਏ ਔਰ ਇੱਕਦਮ ਸਾਰੇ ਉੱਪਰ ਆ ਕੇ ਸਾਰਿਆਂ ਨੂੰ ਕੱਢਿਆ ਹੈਗਾ। ਸੱਟਾਂ ਲੱਗੀਆਂ ਜੀ, ਅੰਦਰੂਨੀ ਸੱਟਾਂ ਲੱਗੀਆਂ ਔਰ ਸਿਰ 'ਚ ਖੂਨ ਵੀ ਆਇਆ, 8-9 ਟਾਂਕੇ ਆਏ ਨੇ ਸਿਰ 'ਚ ਔਰ ਇੱਕ ਤਾਂ ਹੱਡੀ ਵੀ ਕਰੈਕ ਹੋ ਗਈ ਹੱਥ ਦੀ, ਲੱਤਾਂ ਦੇ ਸੱਟ ਵੱਜੀਆਂ। ਆਪਣੇ ਜਿਹੜੇ ਗੁਆਂਢੀ ਬੰਦੇ ਸੀ ਉਹਨਾਂ ਨੇ ਵਿਚਾਰਿਆਂ ਕੱਢਿਆ ਸੀ। ਹਾਂਜੀ, ਮੇਰੇ ਵੀਰ ਜੀ ਰਹਿੰਦੇ ਨੇ ਜੀ, ਵੀਰ ਜੀ ਰਹਿੰਦੇ ਨੇ। ਹਾਂਜੀ, 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 ਉਹਨਾਂ ਨੇ ਅੱਗੇ ਕਿਹਾ ਜੀ ਵੀ ਛੱਤ ਡਿੱਗ ਗਿਆ, ਵੀ ਬੰਦੇ ਦੱਬ ਗਏ ਨੇ ਦੋਨੇ ਜੀ, ਵੀ ਉਹਨਾਂ ਨੂੰ ਬਚਾਓ। ਫਿਰ ਉਹ ਬੰਦੇ ਸਾਨੂੰ ਕੱਢ ਕੇ ਲਿਆਏ ਜੀ, ਫਿਰ ਉਹਨਾਂ ਨੇ ਉਰੇ ਹਸਪਤਾਲ 'ਚ ਪਹੁੰਚਾਏ ਹਾਂ। ਅਸੀਂ ਬੈੱਡ 'ਤੇ ਬੈਠੇ ਸੀ, ਮੀਂਹ ਆਇਆ ਉਦੋਂ, ਬਸ ਬੈੱਡ 'ਤੇ ਬੈਠੇ ਬੈਠੇ ਛੱਤ ਕਿੱਦਾਂ ਆ ਗਿਰੀ। ਮੇਰੇ ਟਾਕੇ ਆਏ ਨੇ ਵੀ ਢੂਈ 'ਚ ਲੱਗੀ ਸੱਟ, ਬਾਂਹ 'ਤੇ ਨਹੀਂ ਉੱਠਿਆ ਜਾਂਦਾ ਆਹ, ਨਾਲੇ ਪੈਰ 'ਤੇ ਵੱਜਿਆ, ਦੇਖੋ ਜੀ ਪੈਰ, ਗੋਡੇ 'ਤੇ ਸੱਟਾਂ ਦਿੱਲੀ ਚੋਟ ਆਈ ਹੈ ਜੀ ਢੂਈ 'ਚ। ਬਚਾਏ ਗੁਆਂਢੀਆਂ ਨੇ, ਹਾਏ ਮਾਰਤੇ, ਹਾਏ ਮਾਰਤੇ ਕਰ ਰਹੇ, ਜਦੋਂ ਇੱਕਦਮ ਧੜਾਕਾ ਪਿਆ ਉਦੋਂ ਸਾਰੇ ਗੁਆਂਢੀ ਭੱਜੇ ਆਏ ਵਿਚਾਰੇ ਰਾਤ ਨੂੰ, ਉਹਨਾਂ ਨੇ ਕੱਢ ਕੇ ਹਸਪਤਾਲ 'ਚ ਦਾਖਲ ਕਰੇ ਰਾਤ ਨੂੰ। ਮੈਂ ਇਸ ਘਟਨਾ ਨੂੰ ਬਹੁਤ ਮੰਦਭਾਗੀ ਘਟਨਾ ਕਹੂੰਗਾ। ਇੱਕ ਤਰ੍ਹਾਂ ਦਾ ਬਹੁਤ ਬੜਾ ਐਕਸੀਡੈਂਟ ਹੋਇਆ ਇਹ, ਕਿ ਇਸ ਗਰੀਬ ਬਸਤੀ ਦੇ ਵਿੱਚ ਪਹਿਲਾਂ 4 ਮੌਤਾਂ ਹੋ ਚੁੱਕੀਆਂ ਛੱਤ ਗਿਰਨ ਕਾਰਨ ਹੀ, ਅਤੇ ਬਹੁਤ ਨੁਕਸਾਨ ਹੋਇਆ, ਜਾਨੀ ਮਾਲ ਦਾ ਨੁਕਸਾਨ ਹੋਇਆ, ਇਹ ਨੁਕਸਾਨ ਵੀ ਬਹੁਤ ਭੈੜਾ ਨੁਕਸਾਨ ਹੋਇਆ, ਦੋਨੋਂ ਜਾਨਾਂ ਤੋਂ ਬਚ ਗਏ। ਅਤੇ ਸਰਕਾਰ ਨੂੰ ਮੇਰੀ ਅਪੀਲ ਹੈ, ਸਾਡੇ ਮੰਤਰੀ ਸਾਹਿਬ ਨੂੰ ਵੀ ਅਪੀਲ ਹੈ ਵੀ ਜਲਦ ਤੋਂ ਜਲਦ ਆ ਕਰਕੇ ਇਹਨਾਂ ਦਾ ਜਿੰਨਾ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ। ਬਹੁਤ ਗਰੀਬ ਪਰਿਵਾਰ ਨੇ ਜੀ, ਇਸ ਬਸਤੀ ਦੇ ਵਿੱਚ ਬਹੁਤ ਘੱਟ ਲੋਕ ਆ ਕੇ ਰਾਜੀ ਨੇ, ਅਤੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦੇ ਲਾਚਾਰ ਨੇ, ਬਹੁਤ ਗਰੀਬ ਨੇ, ਹੱਦੋਂ ਵੱਧ ਗਰੀਬ ਨੇ, ਅਤੇ ਇਸ ਤੋਂ ਗਰੀਬ ਮੁਹੱਲੇ 'ਚ ਕੋਈ ਬੰਦਾ ਹੈ ਹੀ ਨਹੀਂ, ਅਤੇ ਇਹਨਾਂ ਦੀ ਮਦਦ ਕੀਤੀ ਜਾਵੇ ਸਰ।